ਸ਼ਾਂਤੀ ਅੱਜ ਅਸੀਂ ਗੱਲ ਕਰਾਂਗੇ ਕਿ ਜਦੋਂ ਅਸੀਂ ਸਪਿਰਚੁਅਲ ਬਣ ਜਾਂਦੇ ਹਾਂ ਸਾਨੂੰ ਆਪਣੇ ਸ਼ਰੀਰ ਦਾ ਜੋ ਹੈ ਸਾਡੀ ਹੈਲਥ ਹੈ ਨਾ ਉਹ ਵੀ ਚੰਗੀ ਬਣ ਜਾਂਦੀ ਹੈਗੀ ਕਈ ਵਾਰ ਅਸੀਂ ਧਸੋਇਦੇ ਹਾਂ ਕਿ ਅਸੀਂ ਅਗਰ ਮੈਡੀਟੇਸ਼ਨ ਕਰਾਂਗੇ ਕਈ ਤਰ੍ਹਾਂ ਦਾ ਪਰੇਜ ਹੁੰਦਾ ਹੈਗਾ ਅਸੀਂ ਕਹਿੰਦੇ ਵੈਜੀਟੇਰੀਅਨ ਬਨ ਜਾਵਾਂਗੇ ਤਾਂ ਸਾਡੇ ਸ਼ਰੀਰ ਵਿੱਚ ਤਾਕਤ ਨਹੀਂ ਰਹੇਗੀ ਪਰ ਅਸੀਂ ਕੀ ਦੇਖਿਆ ਹੈਗਾ ਫਾੜਾ ਸ਼ਰੀਰ ਇੰਨਾ ਮਜ਼ਬੂਤ ਹੈ ਅੰਦਰ ਹੀ ਉਸ ਕੋ ਕੁਛ ਨਹੀਂ ਚਾਹੀਦਾ ਵਾਫਤ ਚ ਬਹੁਤ ਥੋੜਾ ਜਿਹਾ ਖਾਣਾ ਚਾਹੀਦਾ ਹੈ ਸ਼ਰੀਰ ਜਿਹੜਾ ਹੈ ਪੰਜ ਤੱਤਾਂ ਦਾ ਬਣਿਆ ਹੋਇਆ ਹੈਗਾ ਕਿਹੜਾ ਕਿਹੜਾ ਇੱਕ ਤਾਂ ਹੈਗਾ ਪਾਣੀ ਵਾਯੂ ਹੈ ਨਾ ਹਵਾ ਤੇਰੇ ਹੀਟ ਜਿਸ ਕਾ ਅਗ ਬੋਲਦੇ ਹੈਗੇ ਆ ਤੈਨੂੰ ਧਰਤੀ ਬੋਲਦੇ ਹੈਗੇ ਆ ਔਰ ਆਕਾਸ਼ ਇਹ ਪੰਜ ਤਤਵਾ ਦਾ ਬਣਿਆ ਹੋਇਆ ਹੈ ਨਾ ਤੋ ਕਈ ਵਾਰ ਸੋਚਦੇ ਹਨ ਪੰਜਾਂ ਤਤਵਾਂ ਦਾ ਕਿਦਾਂ ਉਹ ਬਣ ਜਾ ਡਾਏਗਾ ਸ਼ਰੀਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈ ਕਿ ਦੇਖੋ ਪਾਣੀ ਹੈ ਨਾ ਪਾਣੀ ਦੇ ਵਿੱਚ ਨਾ ਦੋ ਐਟਮ ਹਾਈਡਰੋਜਨ ਦੇ ਹੁੰਦੇ ਆ ਇੱਕ ਐਟਮ ਆਕਸੀਜਨ ਦਾ ਹੁੰਦਾ ਹੈ ਤੋ ਜਿਨ੍ਹਾਂ ਨੂੰ ਹਮ ਕਹਿ ਦਿੰਦੇ ਆ H2O ਜਿਨ੍ਹਾਂ ਨੇ ਥੋੜੀ ਕੈਮਿਸਟਰੀ ਪੜ੍ਹੀ ਹੈ। ਤੋਂ H2O ਐਦਾ ਮਤਲਬ ਇਹ ਨਹੀਂ ਹੈ ਤੁਸੀਂ ਇੱਕ ਜਾਰ ਆਕਸੀਜਨ ਦੇ ਲੈ ਆਓ ਉਹ ਦੋ ਜਾਰ ਹਾਈਡਰੋਜਨ ਦੇ ਲੈ ਆਓ ਦੋਨਾਂ ਨੂੰ ਮਿਲਾ ਦਿਓ ਤਾਂ ਪਾਣੀ ਬਣ ਜਾਏਗਾ। ਐਦਾਂ ਨਹੀਂ ਬੰਦਾ ਹੈਗਾ। ਵਾਫਤ ਵਿੱਚ ਉਹ ਦੋਨਾਂ ਚੀਜ਼ਾਂ ਦੇ ਨਾਲ ਹੁੰਦੇ ਹੁੰਦੇ ਇੱਕ ਬਹੁਤ ਜਬਰਦਸਤ ਨਾ ਇੰਟਰਨਲ એનર્ਜੀ ਜਿਨੂੰ ਬੋਲਦੇ ਆ ਬਾਈਂਡਿੰਗ એનર્ਜੀ ਜੋ ਉਹਨਾਂ ਨੂੰ ਜੋੜ ਕੇ ਨਾ ਮਿਲਾਂ ਮਿਲਾਂ ਮਿਲਾ ਕੇ ਇੱਕ ਮੋਲੀਕਿਊਲ ਮਾਣਾ ਇੱਕ ਪਾਣੀ ਦਾ ਸ਼ੇਪ ਦੇ ਦਿੰਦੀ ਹੈਗੀ ਹੈ ਇਦਾਂ ਹੀ ਅਸੀਂ ਕਹਿੰਦੇ ਹੈਗੇ ਆ ਕਿ ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਪੰਜ ਤੱਤ ਉਹੀ ਹੈ ਨਾ ਪਾਣੀ ਵਾਯੂ ਆਕਾਸ਼ ਹੀਟ ਹਨਾ ਔਰ ਅ ਅ ਪਰ ਤਰਤੀ ਤੋਂ ਇਹਨਾਂ ਪੰਜਾਂ ਦਾ ਤਤਵੰਦ ਬਣਿਆ ਤੋਂ ਕੋਈ ਕਹੇਗਾ ਚਲੋ ਜੀ ਚਲੋ ਸ਼ਰੀਰ ਤਿਆਰ ਕਰਦੇ ਹਾਂ ਸਭ ਜ਼ਿਆਦਾ ਪਾਣੀ ਹੁੰਦਾ ਹੈ ਬੱਕਟ ਕੁਝ ਬੱਕਟ ਪਾਣੀ ਦੀ ਭਰ ਲਿਆਓ ਇੱਕ ਪੰਪ ਲਗਾ ਦਿਓ ਹਵਾ ਵਾਸਤੇ ਇੱਕ ਹੀਟਰ ਲਗਾ ਦਿਓ ਹੀਟ ਵਾਸਤੇ ਸਪੇਸ ਤਾਂ ਸਾਡੇ ਕੋਲ ਹੈਗਾ ਹੀ ਹੈਗਾ ਹੈ ਔਰ ਛੋਟੇ ਮੋਟੇ ਸੋਡੀਅਮ ਪੋਟਾਸ਼ੀਅਮ ਕੈਲਸ਼ੀਅਮ ਆਇਰਨ ਵਗੈਰਾ ਨਾ ਥੋੜੇ ਥੋੜੇ ਖਰੀਦ ਕੇ ਲੈ ਆਓ ਕਿੰਨੇ 500 ਦੇ 1000 ਦੇ ਆ ਜਾਣਗੇ ਚਲੋ ਵੀ ਸ਼ਰੀਰ ਤਿਆਰ ਕਰੋ ਇਦਾਂ ਸ਼ਰੀਰ ਬਣੇਗਾ ਕਿਆ ਸ਼ਰੀਰ ਇਦਾਂ ਨਹੀਂ ਬੰਦਾ ਹੈ ਲੇਕਿਨ ਜੋ ਪੰਜ ਤੱਤਵ ਹੈਗੇ ਨਾ ਪ੍ਰਕਿਰਤੀ ਦੇ ਉਹਨਾਂ ਪੰਜਾਂ ਤੱਤਵਾਂ ਨੂੰ ਮਿਲਾ ਕੇ ਸ਼ਰੀਰ ਬਣਾਉਣ ਵਾਲੀ ਜੋ ਤਾਕਤ ਹੈਗੀ ਨਾ ਉਹ ਆਤਮਾ ਹੈਗੀ ਹੈ ਆਤਮਾ ਜਦੋਂ ਸ਼ੀਰ ਦੇ ਵਿੱਚ ਹੁੰਦੀ ਹੈ ਤਾਂ ਉਹ ਪੰਜੋ ਤੱਤ ਜਿਹੜੇ ਹੈ ਨਾ ਉਹ ਇਕੱਠੇ ਹੋ ਕੇ ਸ਼ਰੀਰ ਦਾ ਰੂਪ ਧਾਰਨ ਕਰ ਲੈਂਦੇ ਹੈਗੇ ਤੋ ਕਿਉਂਕਿ ਉਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਸਭ ਤੋਂ ਜੜ ਬੜੀ ਖੁਰਾਕ ਜੋ ਸ਼ਰੀਰ ਦੀ ਹੈ ਨਾ ਉਹ ਉਹਨਾਂ ਨੂੰ ਪੰਜਾਂ ਤੱਤਾਂ ਤੋਂ ਮਿਲਦੀ ਹੈ ਕਦੀ ਅਸੀਂ ਨੋਟ ਦਾ ਕੰਮ ਤਾਂ ਕਰਾਂਗੇ ਨਾ ਕਿ ਕਿਸੇ ਦਿਨ ਹਵਾ ਦੇਖੋ ਸੁੱਕੀ ਹੁੰਦੀ ਹੈ ਸਾਡੀ ਜੋ ਸਕਿਨ ਵੀ ਸੁੱਕ ਜਾਂਦੀ ਹੈਗੀ ਹੈ ਉਹਦੇ ਵਿੱਚ ਹਵਾ ਵਿੱਚ ਪਾਣੀ ਵੀ ਹੈ ਉਹਦੇ ਵਿੱਚ ਹੀਟ ਵੀ ਹੈ ਫਿਰ ਹਵਾ ਚਲਦੀ ਵੀ ਰਹਿੰਦੀ ਹੈਗੀ ਹੈ ਤੁਸੀਂ ਦੇਖਿਆ ਕਿ ਐਵੇਪੋਰੇਸ਼ਨ ਅੰਦਰ ਹੀ ਅੰਦਰ ਨਾ ਪਸੀਨਾ ਨਿਕਲਦਾ ਉਹ ਸੁੱਖਦਾ ਰਹਿੰਦਾ ਹੈ ਪਰਸਪੀਰੇਸ਼ਨ ਤੋਂ ਕਿਦਾਂ ਬੋਡੀ ਦਾ ਸਟਰਕਚਰ ਬਣਿਆ ਹੋਇਆ ਹੈ ਉਹ ਪੰਜਾਂ ਤੱਤਾਂ ਦੇ ਨਾਲ ਖਾਣਾ ਤੁਸੀਂ ਥੋੜਾ ਬਹੁਤ ਹੀ ਚਾਹੀ ਹੁੰਦਾ ਹੈਗਾ ਸ਼ਰੀਰ ਨੂੰ ਤੋਂ ਤੋਂ ਰੀਅਲ ਜੋ એનર્ਜੀ ਹੈਗੀ ਨਾ ਉਹ ਆਤਮਾ ਧੀ ਹੈਗੀ ਹੈ ਅਸੀਂ ਦਾ ਹਿਸਾਬ ਲਗਾਓ ਜਿਵੇਂ ਮੇਰਾ weight 80 kg ਹੈ ਤੋ ਤੁਸੀਂ ਇਮੇਜਿਨ ਕਰੋ 80 ਕਿਜੀ ਦੀ ਇੱਕ ਬੋਰੀ ਹੁੰਦੀ ਹੈ ਤੁਸੀਂ ਉਹਨੂੰ ਉਠਾਓਗੇ ਤੋ ਕਿੰਨਾ ਦੂਰ ਤੱਕ ਚੱਲ ਸਕੋਗੇ ਚੱਲ ਸਕੋਗੇ ਕਿਆ ਲੇਕਿਨ ਜਦੋਂ ਤੁਸੀਂ ਦੇਖਦੇ ਨਾ ਆਤਮਾ ਸ਼ਰੀਰ ਦੇ ਵਿੱਚ ਹੈ ਤੋ ਮੈਂ ਕਿਸੇ ਨੂੰ ਮਿਲਣਾ ਚਾਹੁੰਦਾ ਨਾ ਹੈਲੋ ਹਾਊ ਆਰ ਯੂ ਤੋ ਕਿੱਦਾਂ ਦਾ ਮੇਰਾ 80 ਕਿਜੀ ਦਾ ਸ਼ਰੀਰ ਨਾ ਉੱਥੇ ਚਲਾ ਜਾਂਦਾ ਹੈਗਾ ਤੋ ਇੱਕ ਤਾਕਤ ਕਿੱਥੋਂ ਦੀ ਆਂਦੀ ਹੈਗੀ ਹੈ ਉਹ ਆਤਮਾ ਦੀ ਤਾਕਤ ਹੁੰਦੀ ਹੈਗੀ ਹੈ ਔਰ ਆਤਮਾ ਦੀ ਤਾਕਤ ਕੌਣ ਸੀ ਹੈਗੀ ਹੈ ਉਹ ਹੈਗਾ ਆਤਮਾ ਦੇ ਵਿੱਚ ਕੀ ਬਣਿਆ ਹੋਇਆ ਹੈ ਪਿਆਰ ਖੁਸ਼ੀ ਆਨੰਦ ਸ਼ਾਂਤੀ ਉਹ ਆਤਮਾ ਦੀ ਸ਼ਕਤੀ ਹੈਗੀ ਹੈ ਤੋਂ ਅਸੀਂ ਨਾਉ ਹਿਸਾਬ ਲਗਾਓ ਕਿ ਕਿਦਾਂ ਸਰੀਰ ਸਾਡਾ ਆਤਮਾ ਦੇ ਵਿੱਚ ਜੋ ਪਿਆਰ ਔਰ ਖੁਸ਼ੀ ਹੈ ਨਾ ਉਹ ਪਿਆਰ ਔਰ ਖੁਸ਼ੀ ਦੇ ਕਾਰਨ ਹੀ ਸਾਰਾ ਸਰੀਰ ਬੰਦਾ ਵੀ ਹੈ ਔਰ ਸਾ ਉਹਦੇ ਵਿੱਚ એનર્ਜੀ ਜੋ ਆਂਦੀ ਹੈ ਨਾ ਉਹ ਸਾਰੀ ਇਹਨਾਂ ਦੇ ਕਾਰਨ ਜਾਂਦੀ ਹੈ ਉਹੀ ਆਤਮਾ ਦੀ ਸ਼ਕਤੀਆਂ ਹੈਗੀਆਂ ਤੇ ਜਦੋਂ ਅਸੀਂ ਯੋਗ ਕਰਦੇ ਹੈ ਨਾ ਤਾਂ ਯੋਗ ਕਰਨਾ ਮਾਨਾ ਮੈਂ ਕਹਿੰਦਾ ਨਾ ਕਿ ਮੈਂ ਆਤਮ ਸਰੂਪ ਹੈ ਮੈਂ ਆਤਮਾ ਹੈ ਤੇ ਮੈਂ ਆਤਮਾ ਜਦ ਆਪਣੇ ਆਪ ਨੂੰ ਸੋਚਦਾ ਹੈ ਨਾ ਤਾਂ ਤਬ ਹੀ ਮੈਨੂੰ ਖਿਆਲ ਆਂਦਾ ਹੈ ਕਿ ਮੈਂ ਪਰਮਾਤਮਾ ਦੀ ਸੰਤਾਨ ਹੈ ਤੋ ਪਰਮਾਤਮਾ ਦੀ ਸੰਤਾਨ ਮੈਸੂਫੋਂ ਨਾਲ ਜਿੱਦਾਂ ਕਿ ਪਰਮਾਤਮਾ ਦੇ ਨਾਲ ਕਨੈਕਸ਼ਨ ਸਾਡਾ ਜੁਟ ਜਾਂਦਾ ਹੈਗਾ ਤੋ ਪਰਮਾਤਮਾ ਨੂੰ ਪਿਆਰ ਦਾ ਸਾਗਰ ਕਹਿੰਦੇ ਆ ਸ਼ਾਂਤੀ ਦਾ ਸਾਗਰ ਕਹਿੰਦੇ ਆ ਤੋ ਜਦੋਂ ਸਾਡਾ ਕਨੈਕਸ਼ਨ ਜੁਟ ਜਾਂਦਾ ਹੈ ਨਾ ਤੋ ਤੁਹਾਨੂੰ ਅੰਦਰ ਫੀਲਿੰਗ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਜਿੱਦਾਂ ਕਿ ਮੇਰੇ ਅੰਦਰ ਪਿਆਰ ਔਰ ਖੁਸ਼ੀ ਜਨਰੇਟ ਹੋ ਰਹੀ ਹੈਗੀ ਹੈ ਤੋ ਜਦੋਂ ਪਿਆਰ ਔਰ ਖੁਸ਼ੀ ਜਦੋਂ ਜਨਰੇਟ ਹੁੰਦੀ ਹੈ ਉਹਦੇ ਕਾਰਨ ਤੁਹਾਡੇ ਅੰਦਰ ਨਾ ਇੱਕ ਤਮੰਨਾ ਪੈਦਾ ਹੁੰਦੀ ਹੈਗੀ ਹੈ ਚੰਗੇ ਚੰਗੇ ਕੰਮ ਕਰਨ ਦੀ ਤਾਂ ਚੰਗੇ ਚੰਗੇ ਕੰਮ ਜਦੋਂ ਤੁਸੀਂ ਕਰਦੇ ਹੋ ਉਹਦੇ ਚੰਗੇ ਚੰਗੇ ਸੰਸਕਾਰ ਬੰਦੇ ਹੈਗੇ ਆ ਤਾਂ ਚੰਗੇ ਚੰਗੇ ਸੰਸਕਾਰ ਬੰਦੇ ਆ ਉਹ ਸਾਡੇ ਆਤਮਾ ਦਾ ਹਿੱਸਾ ਜਿਹਨੂੰ ਕਹਿੰਦੇ ਆ ਨਾ ਕਿ ਇਹਦੇ ਚੰਗੇ ਸੰਸਕਾਰ ਹੈ ਇਹਦੇ ਇਦਾਂ ਦੇ ਸੰਸਕਾਰ ਹੈ ਹਰ ਕੋਈ ਆਪਣੇ ਸੰਸਕਾਰ ਲੈ ਕੇ ਆਂਦਾ ਹੈਗਾ ਉਹ ਸਾਰੇ ਜਿੰਨੇ ਅਸੀਂ ਕਰਮ ਕਰਦੇ ਆ ਨਾ ਉਹਦਾ ਜੋ ਰਿਜ਼ਲਟ ਹੁੰਦਾ ਨਾ ਰਿਕਾਰਡਿੰਗ ਹੁੰਦੀ ਹੈ ਉਹ ਆਤਮਾ ਦੇ ਉੱਪਰ ਆਂਦੀ ਜਾਂਦੀ ਹੈ ਔਰ ਜਦੋਂ ਕੋਈ ਸਿਚੁਏਸ਼ਨ ਆਂਦੀ ਹੈ ਨਾ ਬਾਹਰ ਦੀ ਤੋਂ ਉਹ ਸਿਚੁਏਸ਼ਨ ਜਦੋਂ ਆਂਦੀ ਹੈ ਤਾਂ ਜੋ ਆਤਮਾ ਦੇ ਅੰਦਰ ਹੁੰਦਾ ਹੈ ਨਾ ਉਹੀ ਬਾਹਰ ਨਿਕਲਦਾ ਹੈ ਥਾਟ ਦੇ ਰੂਪ ਚ ਸਾਡੇ ਵਿਚਾਰ ਵੀ ਉਦਾਂ ਹੀ ਚਲਦੇ ਹੈਗੇ ਆ ਤੁਸੀਂ ਦੇਖੋਗੇ ਜਦੋਂ ਵੀ ਕੋਈ ਅੱਛਾ ਅਸੀਂ ਕੋਈ ਵੀ ਕਰਮ ਕਰਦੇ ਨਾ ਉਹਦੇ ਦੋ ਡਾਈਮੈਂਸ਼ਨ ਹੁੰਦੇ ਆ ਇੱਕ ਡਾਈਮੈਂਸ਼ਨ ਹੈ ਮੈਨੇ ਕੀਆ ਕੀਤਾ ਮਾਨਾ ਕਿੰਨਾ ਮੈਨੇ ਟਾਈਮ ਲਗਾਇਆ ਕਿੰਨੀ ਮੈਨੇ ਸ਼ਰੀਰ ਲਗਾਇਆ ਕਿੰਨਾ ਪੈਸਾ ਖਰਚ ਹੋਇਆ ਤੋਂ ਉਹਦਾ ਉਹ ਫਿਜ਼ੀਕਲ ਡਾਈਮੈਂਸ਼ਨ ਜਿੰਨੀ ਮੈਂ ਯੂਜ਼ ਕਰਦਾ ਹੈ ਨਾ ਤੋਂ ਉਹਦਾ ਰਿਜ਼ਲਟ ਵੀ ਕਿਆ ਹੁੰਦਾ ਉਹ ਨੇਚਰ ਵਿੱਚ ਚਲਾ ਜਾਂਦਾ ਹੈਗਾ ਪੰਜ ਤਤਵਾਂ ਵਿੱਚ ਚਲਾ ਜਾਂਦਾ ਹੈ ਉਹਦੇ ਨਾਲ ਹੀ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ ਜੈਸੇ ਕਿਸੇ ਨੇ ਬਹੁਤ ਚੰਗੀ ਪੜ੍ਹਾਈ ਕੀਤੀ ਉਹਦੇ ਚੰਗੇ ਮਾਰਕਸ ਆਣਗੇ ਚੰਗੇ ਮਾਰਕਸਾਂ ਨੂੰ ਜੌਬ ਮਿਲ ਜਾਏਗੀ ਉਹਨਾਂ ਦੀ ਲਾਈਫ ਸੁਖੀ ਬਣ ਜਾਂਦੀ ਧਨ-ਦਾਨ ਬਰਪੂਰ ਹੋ ਜਾਂਦੇ ਹੈਗੇ ਲੇਕਿਨ ਦੂਜਾ ਜਿਉਂ ਸੀ ਕਰਮ ਕਰਦੇ ਹੈ ਨਾ ਉਹਦੇ ਨਾਲ-ਨਾਲ ਮੇਰੀ ਇੰਟੈਂਟ ਕੀ ਆ ਥੀ ਮੇਰਾ ਲਕਸ਼ਯ ਕੀ ਸੀ ਮੇਰੇ ਅੰਦਰ ਦੀ ਫੀਲਿੰਗ ਕੀ ਸੀ ਕਿ ਜਦ ਮੈਂ ਕੋਈ ਕੰਮ ਕਰ ਰਿਹਾ ਸੀਗਾ ਮੈਂ ਖੁਸ਼ ਸੀਗਾ ਜਾਂ ਨਾਰਾਜ਼ ਸੀਗਾ ਜਾਂ ਮੈਂ ਇਹ ਚੀਜ਼ ਸੈਲਫਲੈਸਲੀ ਕੀਤੀ ਜਾਂ ਕੋਈ ਸੈਲਫਿਸ਼ ਮੋਟਿਵ ਸੀਗਾ ਉਹ ਡਿਟਰਮਨ ਕਰਦਾ ਹੈਗਾ ਕਿ ਉਹਦੇ ਵਿੱਚ ਨਾ ਉਹ ਆਤਮਾ ਦੇ ਅੰਦਰ ਜਾ ਕੇ ਨਾ ਜਿਵੇਂ ਉਹਦਾ ਕੋਈ ਚੀਜ਼ ਕਰੋ ਟਕ 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 ਤਾਂ ਮਾਨਾ ਉਹ ਚੀਜ਼ ਨਾ ਤੇ ਆਤਮਾ ਦੇ ਉੱਪਰ ਰਿਕਾਰਡ ਹੁੰਦੀ ਜਾਂਦੀ ਹੈ ਤੋ ਦੇਖੋ ਇੱਕ ਤਰਫ ਹੁੰਦਾ ਹੈ ਪ੍ਰਕਿਰਤੀ ਵਿੱਚ ਜੋ ਕਰਮ ਕੀਤਾ ਉਹਦਾ ਇਫੈਕਟ ਪ੍ਰਕਿਰਤੀ ਵਿੱਚ ਜਾ ਕੇ ਰਿਕਾਰਡ ਹੋ ਜਾਂਦਾ ਹੈ ਔਰ ਜੋ ਮੇਰੀ ਇੰਟੈਂਟ ਸੀ ਖੁਸ਼ੀ ਨਾਲ ਕੀਤਾ ਪਿਆਰ ਨਾਲ ਕੀਤਾ ਤੋ ਉਹ ਜਾ ਕੇ ਨਾ ਸਰੀਰ ਦੇ ਵਿੱਚ ਰਿਕਾਰਡਿੰਗ ਬਣ ਜਾਂਦੀ ਹੈਗੀ ਤੋ ਜਦ ਕੋਈ ਸਿਚੁਏਸ਼ਨ ਆਂਦੀ ਹੈ ਜਿੱਦਾਂ ਦਾ ਕੰਮ ਕੀਤਾ ਸੀ ਉਹਦਾ ਰਿਜ਼ਲਟ ਸਾਹਮਣੇ ਆਂਦਾ ਹੈਗਾ ਤੋ ਜਦੋਂ ਰਿਜ਼ਲਟ ਸਾਹਮਣੇ ਆਂਦਾ ਹੈ ਨਾ ਤੋ ਜੋ ਸੰਸਕਾਰ ਹੁੰਦੇ ਨੇ ਨਾ ਜਿਹੜੇ ਸਾਡੇ ਉਹੀ ਸੰਸਕਾਰ ਜੋ ਸਾਡੇ ਹੁੰਦੇ ਨੇ ਨਾ ਉਹੀ ਨਾ ਥੌਟ ਦੇ ਉੱਪਰ ਕੇ हिसाब ਨਾਲ ਆਂਦੇ ਹੈਗੇ ਸਾਡੇ ਥੌਟ ਉਦਾਂ ਹੀ ਚੱਲਦੇ ਹੈ ਜਿੱਦਾਂ ਅਸੀਂ ਪੁਰਾਣੇ ਕੋਈ ਕਰਮ ਕੀਤੇ ਹੁੰਦੇ ਹੈ ਲੇਕਿਨ ਉਸ ਸਮੇਂ ਅਸੀਂ ਕੀ ਕਰਦੇ ਹਾਂ ਕਿ ਸਾਡੇ ਨਾਲ ਇੱਕ ਤਰ੍ਹਾਂ ਥੌਟ ਆਇਆ ਕੁਝ ਵੀ ਕਰਨ ਦਾ ਲੇਕਿਨ ਜੋ ਬੁੱਧੀ ਹੈਗੀ ਨਾ ਉਹ ਫਿਲਟਰ ਕਰਦੀ ਹੈਗੀ ਹੈ ਉਹ ਈਵੈਲਿਊਏਟ ਕਰਦੀ ਹੈਗੀ ਹੈ ਉਹ ਦੇਖਦੀ ਹੈ ਕਿ ਚੰਗਾ ਕੀ ਹੈ ਗਲਤ ਕੀ ਹੈ ਠੀਕ ਕੀ ਹੈ ਉਹਦੇ ਹਿਸਾਬ ਨਾਲ ਉਹ ਡਿਸਾਈਡ ਕਰਦੀ ਹੈ ਤਾਂ ਜਦੋਂ ਅਸੀਂ ਡਿਸਾਈਡ ਕਰਕੇ ਕੋਈ ਕਰਮ ਕਰਦੇ ਹੈ ਨਾ ਸਰੀਰ ਦੇ ਦੁਆਰਾ ਤਾਂ ਸਰੀਰ ਦੇ ਦੁਆਰਾ ਕਰਮ ਕਰਨ ਨਾਲ ਸਾਡੇ ਸੰਸਕਾਰ ਬੰਦੇ ਹੈਗੇ ਆ ਕਈ ਵਾਰ ਅਸੀਂ ਸੋਚਦੇ ਹਾਂ ਕਿ ਮੈਂ ਕੀ ਹੈਗਾ ਹਾਂ ਹੈ ਨਾ ਮੇਰਾ ਜਿਸ ਕਿਤੇ ਨਾ ਲੋਕ ਕਹਿੰਦੇ ਮੇਰੀ ਨੇਚਰ ਕੀ ਆ ਹੈ ਵਟ ਆਈ ਏਮ ਮੇਡ ਆਫ ਐਤਾ ਕਹਿੰਦੇ ਹੈ ਨਾ ਅਸੀਂ ਕਹਿੰਦੇ ਹਾਂ ਅੱਜ ਤੱਕ ਤੁਸੀਂ ਜਿੰਨੇ ਵੀ ਕਰਮ ਕੀਤੇ ਹੈ ਨਾ ਉਹ ਸਾਰੇ ਕਰਮਾਂ ਦਾ ਨਿਚੋੜ ਜਿੰਨਾਂ ਨੂੰ ਕਹਿ ਦਿੰਦੇ ਆ ਸੰਸਕਾਰ ਦੇ ਰੂਪ ਵਿੱਚ ਨਾ ਆਤਮਾ ਦੇ ਉੱਤੇ ਰਿਕਾਰਡਡ ਹੈ तो इसीलिए ना जब मनुष्य मर जाता है माना शरीर देता है तो आत्मा जो नाशवान नहीं है वो इमोटल है, है ना तो आ, अकाल मूर्त है ना तो आत्मा भी अकाल मूर्त है ਤੋ ਉਹ ਆਪਣੇ ਨਾਲ ਨਾ ਜਿੱਤੇ ਦੂਜੇ ਜਨਮ ਚ ਜਾ ਕੇ ਆਪਣੇ ਸੰਸਕਾਰ ਸਾਥ ਲੈ ਜਾਂਦੀ ਹੈਗੀ ਹੈ ਔਰ ਜੋ ਜੋ ਸਿਚੁਏਸ਼ਨਸ ਆਂਦੀ ਹੈ ਨਾ ਤੋ ਪੁਰਾਣੇ ਸੰਸਕਾਰ ਵੀ ਕਮ ਕਰ ਦੇ ਗਏ ਹੈ ਔਰ ਜੋ ਨਈ ਸਿਚੁਏਸ਼ਨ ਸਰਕਮਸਟੈਂਸਸ ਨਵੇਂ ਪੇਰੈਂਟਸ ਹੁੰਦੇ ਹੈਗੇ ਨਿਆ ਸਥਾਨ ਹੁੰਦਾ ਹੈ ਤੋ ਬੱਚਾ ਧੀਰੇ ਧੀਰੇ ਕਰਦਾ ਹੋਇਆ ਕੁਝ ਪੁਰਾਣੇ ਸੰਸਕਾਰ ਪੁਰਾਣੇ ਜਨਮ ਦੇ ਔਰ ਕੁਝ ਨਵੇਂ ਸੰਸਕਾਰ ਨਵੇਂ ਕਰਮ ਉਹ ਕਰਦਾ ਹੈਗਾ ਤੋ ਇਦਾਂ ਹੁੰਦੀ ਜਾਂਦੇ ਤੋ ਕਈ ਵਾਰ ਨਾ ਸਾਨੂੰ ਅੰਦਰ ਤੋਂ ਫੀਲ ਹੁੰਦਾ ਹੈ ਸਾਡੇ ਨਾਲ ਕੋਈ ਬੁਰਾ ਹੋਇਆ ਤੁਸੀਂ ਕਹਿੰਦੇ ਹੈ ਕਿ ਮੈਨੇ ਕੋਈ ਪੁਰਾਣੇ ਜਨਮ ਦੇ ਬੁਰੇ ਕਰਮ ਕੀਤੇ ਹੋਏ ਸੀਗੇ ਤੋ ਮੈਨੂੰ ਹਮੇਸ਼ਾ ਇੱਕ ਖਿਆਲ ਆਂਦਾ ਹੈ ਚਲੋ ਪੁਰਾਣੇ ਜਨਮ 'ਚ ਜੋ ਮੈਨੇ ਕਰਮ ਕੀਤੇ ਸੀਗੇ ਬੁਰੇ ਇਹ ਜਾਂ ਜੋ ਵੀ ਹੋਏ ਹੋਣਗੇ ਅਜਾ ਉਹਦੇ ਕਾਰਨ ਹੋ ਸਕਦਾ ਮੈਂ ਗਰੀਬ ਆ ਗਿਆ ਹੋ ਗਿਆ ਮੇਰਾ ਮੈਂ ਦੇਖਣ ਚ ਚੰਗਾ ਨਹੀਂ ਲੱਗਦਾ ਮੈਂ ਛੋਟਾ ਰਹਿ ਗਿਆ ਕੁਝ ਨਾ ਕੁਝ ਕਮੀ ਸਰੀਰ ਦੇ ਵਿੱਚ ਵੀ ਆ ਜਾਂਦੀ ਹੈ ਕੋਈ ਨਾ ਕੋਈ ਸਿਚੁਏਸ਼ਨ ਬਾਹਰ ਦੀਆਂ ਵੀ ਆ ਜਾਂਦੀਆਂ ਹੈਗੀਆਂ ਤਾਂ ਕਹਿੰਦੇ ਨੇ ਨਾ ਭਗਵਾਨ ਨੇ ਕਿਆ ਸੋਚ ਕੇ ਮੈਨੂੰ ਇਦਾਂ ਦਾ ਬਣਾਇਆ ਬੇਕਾਰ ਜਿਹਾ ਹਨਾਂ ਤੁਮਨ ਸਾਨੂੰ ਕਦੀ ਵੀ ਇਦਾਂ ਫੀਲ ਨਹੀਂ ਕਰਨਾ ਚਾਹੀਦਾ ਕਿ ਭਗਵਾਨ ਨੇ ਸਾਨੂੰ ਇਦਾਂ ਦਾ ਬਣਾਇਆ ਵਾਸਤਵ ਵਿੱਚ ਜੋ ਮੈਨੇ ਕਰਮ ਕੀਤੇ ਸੀ ਨਾ ਉਹਦੇ ਹਿਸਾਬ ਨਾਲ ਹੀ ਨਾ ਤਾਂ ਪ੍ਰਕਿਰਤੀ ਵਿੱਚ ਜਿੰਨੀ ਤਾਕਤ ਸੀਗੀ ਉਨੀ ਤਾਕਤ ਦੇ ਹਿਸਾਬ ਨਾਲ ਉਹਨੇ ਸ਼ਰੀਰ ਨੂੰ ਕ੍ਰੀਏਟ ਕਰ ਦਿੱਤਾ ਅਭੀ ਦੇਖੋ ਨਾ ਸਾਨੂੰ ਪਤਾ ਨਾ ਕੋਈ ਆਦਮੀ ਸਿਗਰਟ ਪੀਂਦਾ ਹੈ ਉਹਦੇ ਫੇਫੜੇ ਖਰਾਬ ਹੋ ਜਾਣਗੇ ਨਾ ਕਿਉਂ ਜਾਣਗੇ ਉਹਦੇ ਵਿੱਚ ਰੱਬ ਦਾ ਕੀ ਦੋਸ਼ ਹੈਗਾ ਹੈ ਇਦਾਂ ਹੀ ਅਸੀਂ ਜੋ ਦੇਖੋ ਸਾਡਾ ਮੁਖ ਹੈਗਾ ਮੁਖ ਦੇ ਵਿੱਚ ਅਸੀਂ ਅਗਰ ਸ਼ਬਦ ਅੱਛੇ ਬੋਲਦੇ ਹੈ ਕਿਸੇ ਨੂੰ ਸੁਖ ਦੇਣ ਵਾਲੇ ਬੋਲਦੇ ਹੈ ਤਾਂ ਕੀ ਹੋਏਗਾ ਮੇਰਾ ਜੋ ਮੁਖ ਹੈ ਨਾ ਉਹ ਖੁਸ਼ ਹੋਏਗਾ ਖੁਸ਼ ਹੋਏਗਾ ਤਾਂ ਉਹਦਾ ਕੀ ਹੋਏਗਾ ਉਹਦੇ ਹੌਂਟ ਨਾ ਉੱਪਰ ਹੋ ਜਾਣਗੇ ਔਰ ਅਗਰ ਤੁਸੀਂ ਆਪਣਾ ਸਰੀਰ ਜੋ ਮੁਖ ਦੇ ਨਾਲ ਯੂਜ਼ ਕਰਕੇ ਕਿਫੀਦਾ ਇਹ ਨਾਲ ਤੁਨੀ ਤੁਨੀ ਸ਼ਬਦ ਬੋਲੇ ਅਪ ਸ਼ਬਦ ਬੋਲੇ ਤਾਂ ਉਹ ਮੁਖ ਨੂੰ ਨਾ ਦਰਦ ਹੁੰਦਾ ਹੈਗਾ ਮੁਖ ਨੂੰ ਫੀਲ ਹੁੰਦਾ ਤੂੰ ਯੂਜ਼ ਕੀਤਾ ਮੈਨੂੰ ਕਿਫੀਦਾ ਅਪ ਉਪਕਾਰ ਮਨਾ ਕਿਸੇ ਦਾ ਬੁਰਾ ਕਰਨ ਵਾਸਤੇ ਉਹਦੇ ਕਾਰਨ ਸੂ ਜੋ ਜੋ ਮੁਖ ਹੈ ਨਾ ਇੱਕਦਮ ਲਟਕ ਜਾਂਦਾ ਹੈਗਾ ਉਦਾਸ ਹੋ ਜਾਂਦਾ ਹੈਗਾ ਐਸੀ ਸਾਡੀਆਂ ਦੇਖੋ ਅੱਖਾਂ ਹੈਗੀਆਂ ਅੱਖਾਂ ਵਿੱਚ ਪਿਆਰ ਹੁੰਦਾ ਤਾਂ ਅੱਖਾਂ ਕਿੱਦੀਆਂ ਬਣ ਜਾਂਦੀਆਂ ਅੱਖਾਂ ਵਿੱਚ ਖੁਸ਼ੀ ਹੁੰਦੀ ਹੈ ਤਾਂ ਅੱਖਾਂ ਕਿੱਦੀਆਂ ਬਣ ਜਾਂਦੀਆਂ ਹੈਗੀਆਂ ਅੱਖਾਂ ਵਿੱਚ ਗੁੱਸਾ ਹੁੰਦਾ ਉਹ ਵੀ ਅੱਖਾਂ ਵਿੱਚ ਦਿਖਾਈ ਦਿੰਦਾ ਹੈ ਹੈ ਅੱਖ ਉਹੀ ਲੇਕਿਨ ਜੋ ਮੇਰੇ ਮਨ ਦੀ ਸਥਿਤੀ ਹੁੰਦੀ ਹੈ ਨਾ ਉਹ ਮੇਰੇ ਚਿਹਰੇ ਤੇ ਆਂਦੀ ਹੈਗੀ ਹੈ ਤਾਂ ਕਈ ਵਾਰ ਹਮ ਐਸੀ ਕਹਿੰਦੇ ਹੈਗੇ ਮੈਂ ਤਾਂ ਦੇਖਣ ਚ ਚੰਗਾ ਨਹੀਂ ਲੱਗਦਾ ਹੈਗਾ ਕੋਈ ਲੋਕ ਦੇਖੋ ਦੇਖਣ ਚ ਬਹੁਤ ਸੁੰਦਰ ਲੱਗਦੇ ਹੈਗੇ ਸਾਨੂੰ ਵੀ ਖਿਆਲ ਹੁੰਦਾ ਸੀ ਕਿ ਅਦਾ ਕਿ ਸਾਡੀ ਦੇਖੋ ਡਾਰਕ ਸਕਿਨ ਹੈ ਹੈ ਨਾ ਤਾਂ ਕਈ ਵਾਰ ਲੱਗਦਾ ਸੀ ਜੋ ਚੰਗੇ ਲੱਗਣ ਦੇਖਣ ਚ ਲੱਗਦੇ ਹੈ ਨਾ ਕਈ ਵਾਰ ਉਹ ਗਲਤ ਕੰਮ ਵੀ ਕਰਦੇ ਹੈ ਲੋਕ ਉਹਨੂੰ ਮਾਫ ਕਰ ਦਿੰਦੇ ਹੈਗੇ ਔਰ ਜੋ ਥੋੜਾ ਚੰਗਾ ਨਹੀਂ ਲੱਗਦਾ ਉਹਨੂੰ ਡਾਂਟ ਦਿੰਦੇ ਹੈਗੇ ਤਾਂ ਅਸੀਂ ਕੀਆ ਦੇਖਿਆ ਕਿ ਤੁਹਾਨੂੰ ਕੋਈ ਵੀ ਆਪਣੇ ਚ ਕਮੀ ਹੈ ਨਾ ਤਾਂ ਕੁਝ ਨਾ ਕੋਈ ਚੰਗੇ ਕੰਮ ਕਰਨ ਲੱਗ ਜਾਓ ਮੈਨੇ ਪੜਾਈ ਚ ਹੁਸ਼ਿਆਰ ਬਨ ਗਿਆ ਮੈਂ ਲੋਗਾਂ ਦੀ ਮਦਦ ਕਰਨੇ ਲੱਗ ਗਿਆ ਮੈਂ ਸਪੋਰਟਸ ਦੇ ਵਿੱਚ ਚਲਾ ਗਿਆ ਤਾਂ ਜਦ ਮੈਂ ਲੋਗਾਂ ਦੀ ਮਦਦ ਕਰਤਾ ਸੀਗਾ ਤਾਂ ਲੋਗ ਮੈਨੂੰ ਇੰਨਾ ਪ੍ਰੇਮ ਕਰਨੇ ਲੱਗੇ ਬਹੁਤ ਮੈਨੂੰ ਚੰਗਾ ਸਮਝਣੇ ਲੱਗੇ ਤਾਂ ਧੀਰੇ ਧੀਰੇ ਕਰਕੇ ਨਾ ਸਭ ਨੇ ਦੇਖਿਆ ਇੱਕ ਕਹਾਵਤ ਹੈ ਨਾ ਸਭ ਨੂੰ ਕੰਮ ਚੰਗਾ ਲੱਗਦਾ ਹੈ ਚਾਮ ਕਿਸ ਨੂੰ ਚੰਗਾ ਨਹੀਂ ਲੱਗਦਾ ਹੈ ਕੰਮ ਚੰਗਾ ਕਰਨਾ ਉਹਦੇ ਨਾਲ ਹੀ ਉਸਦੀ ਵੈਲੀ ਹੁੰਦੀ ਹੈ ਤੁਸੀਂ ਦੇਖੋ ਕੋਈ ਸੁੰਦਰ ਲੱਗਣੇ ਵਾਲਾ ਹੋ ਲੇਕਿਨ ਉਹਦੇ ਚਿਹਰੇ 'ਚ ਕਰੋਧ ਆਇਆ ਹੋ ਤੋ ਤੁਹਾਨੂੰ ਉਹ ਦੇਖਣ ਵੀ ਪਸੰਦ ਨਹੀਂ ਕਰਨਗੇ ਹੁੰਦਾ ਕਿ ਨਹੀਂ ਹੁੰਦਾ ਹੈ ਤੇ ਪਰ ਕੋਈ ਆਦਮੀ ਦੇਖਣ ਚ ਚੰਗਾ ਨਹੀਂ ਹੈ ਪਰ ਉਹਦਾ ਚਿਹਰਾ ਹਮੇਸ਼ਾ ਮੁਸਕਰਾਉਂਦਾ ਰਹਿੰਦਾ ਹੈਗਾ ਹਮੇਸ਼ਾ ਤੁਹਾਡੀ ਮਦਦ ਕਰਨ ਨੂੰ ਤਿਆਰ ਹੁੰਦੇ ਹੈਗੇ ਆ ਉਹਨਾਂ ਦੀਆਂ ਅੱਖਾਂ ਚ ਪਿਆਰ ਸਮਾਇਆ ਖੁਸ਼ੀ ਸਮਾਈ ਹੈ ਤੁਹਾਨੂੰ ਦੇਖ ਕੇ ਖੁਸ਼ ਹੁੰਦਾ ਹੈ ਥੋੜੇ ਸਮੇਂ ਚ ਤੁਹਾਨੂੰ ਪੁੱਲ ਜਾਏਗਾ ਕਿ ਉਹ ਦੇਖਣ ਚ ਕਿਦਾਂ ਲੱਗਦਾ ਹੈਗਾ ਕੋਈ ਹਮ ਇੱਕ ਦੂਜੇ ਦੇ ਚਿਹਰੇ ਨਹੀਂ ਦੇਖਦੇ ਅਸੀਂ ਦੇਖਦੇ ਹਾਂ ਚਿਹਰੇ ਦੇ ਪਿੱਛੇ ਨਾ ਖੁਸ਼ੀ ਸਮਾਇੀ ਹੈ ਪਿਆਰ ਸਮਾਇਆ ਹੈ ਉਹ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਤਾਂ ਸਾਡੇ ਅੰਦਰ ਉਹ ਪਿਆਰ ਉਹ ਖੁਸ਼ੀ ਜੋ ਆਂਦਾ ਹੈ ਉਹ ਸਾਡੇ ਸਾਰੇ ਸਰੀਰ ਦਾ ਨਾ ਉਹਦੇ ਹਸਾਬ ਨਾਲ ਹੀ ਤਾਕਤ ਦਿੰਦਾ ਹੈਗਾ ਸਾਡਾ ਸਰੀਰ ਵੀ ਚੰਗੇ ਕਰਮ ਕਰਦੇ ਹੈ ਇਵਨ ਥਾਟ ਲੈਵਲ ਤੇ ਵੀ ਤੁਸੀਂ ਕਦੇ ਨਾ ਮਿਰਰ ਲੈ ਕੇ ਦੇਖਣਾ ਆਪਨਾ ਤੁਸੀਂ ਕੋਈ ਗਲਤ ਚੀਜ਼ਾਂ ਸੋਚਣਾ ਸ਼ੁਰੂ ਕਰਦੇ ਹੋ ਚਾਹੇ ਆਪਣੇ ਪ੍ਰਤੀ ਜਾਂ ਦੂਜਿਆਂ ਦੇ ਪ੍ਰਤੀ ਕਿਸੇ ਦੇ ਪ੍ਰਤੀ ਚਾਹੇ ਵੈਦਰ ਸਮਝ ਲਓ ਕਿ ਖਰਾਬ ਹੈ ਤੁਸੀਂ ਦੇਖਣ ਤੁਹਾਡਾ ਚਿਹਰਾ ਲਟਕਿਆ ਹੋਏਗਾ ਫਿਰ ਤੁਸੀਂ ਨਾ ਚਾਹੇ ਆਪਣੇ ਬਾਰੇ ਚਾਹੇ ਦੂਜਿਆਂ ਦੇ ਬਾਰੇ ਚਾਹੇ ਕੋਈ ਸਿਚੁਏਸ਼ਨ ਦੇ ਬਾਰੇ ਚੰਗਾ ਸੋਚਣਾ ਸ਼ੁਰੂ ਕਰਦੇ ਤੇ ਨਾ ਤੁਸੀਂ ਦੇਖਣਾ ਤੁਹਾਡਾ ਚਿਹਰਾ ਮੁਸਕਰਾਣ ਲੱਗ ਜਾਂਦਾ ਹੈ ਹਾਲਾਂਕਿ ਤੁਹਾਡੇ ਸਾਹਮਣੇ ਕੋਈ ਨਹੀਂ ਹੈਗਾ ਕੋਈ ਤੁਹਾਡੀ ਗੱਲ ਨਹੀਂ ਦੇਖ ਰਿਹਾ ਕਿਸੇ ਪਤਾ ਵੀ ਨਹੀਂ ਹੈ ਤੁਸੀਂ ਕੀ ਸੋਚ ਰਹੇ ਹੋ ਪਰ ਜਿੱਦਾਂ ਦੀ ਤੁਹਾਡੀ ਸੋਚ ਹੁੰਦੀ ਹੈ ਨਾ ਉਦਾਂ ਦਾ ਤੁਹਾਡਾ ਚਿਹਰਾ ਬਣ ਜਾਂਦਾ ਹੈਗਾ ਤਾਂ ਜਦੋਂ ਸਾਡੇ ਅੰਦਰ ਪਿਆਰ ਔਰ ਖੁਸ਼ੀ ਆਏਗਾ योग ਨਾਲ ਜੋ ਪਿਆਰ ਤੇ ਖੁਸ਼ੀ ਪਰਮਾਤਮਾ ਦਾ ਮਿਲੇਗਾ ਤੋ ਆਪਣੇ ਆਪ ਹੀ ਸਾਡਾ ਚਿਹਰਾ ਸੁੰਦਰ ਹੋ ਜਾਏਗਾ ਸੁੰਦਰ ਮਾਨਾ ਸੁਖ ਦੇਣ ਵਾਲਾ ਬਣ ਜਾਏਗਾ ਤੋ ਤਵੀ ਤੁਹਾਨੂੰ ਲੋਕ ਵੀ ਕਹਿਣ ਲੱਗ ਜਾਣਗੇ ਇਹ ਤਾਂ ਸੁਖ ਦੇਵ ਹੈ ਇਹ ਤਾਂ ਜਿੰਨਾਂ ਦਾ ਦੇਵਤਾ ਹੈ ਇਹ ਤਾਂ ਫਰਿਸ਼ਤਾ ਹੈ ਕਿਦਾਂ ਸਮੇਂ ਤੇ ਆ ਕੇ ਨਾ ਸਾਡੀ ਮਦਦ ਕਰਦਾ ਹੈ ਤੋ ਆਪਣੇ ਆਪ ਨੂੰ ਕਿਦਾਂ ਦੇਵਤਾ ਬਣਾਣਾ ਫਰਿਸ਼ਤਾ ਬਣਾਣਾ ये है सारा परमात्मा याद करांगे अच्छे कर्म करांगे अच्छे संस्कार बनेंगे तो असि देवता भी बन जावांगे ओम शांति